ਦੋਸਤੋ ਪੰਜਾਬੀ 뮤직 ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਧਮਾਕਾ ਹੁੰਦਾ ਹੀ ਰਹਿੰਦਾ ਹੈ ਆਓ ਤੁਹਾਨੂੰ ਇੱਕ ਨਵੇਂ ਧਮਾਕੇਦਾਰ ਅਪਡੇਟ ਵੱਲ ਲੈ ਕੇ ਚੱਲਦੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਦਿੱਤਾ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਲਿਓ ਲੌਕਡਾਊਨ ਦੌਰਾਨ ਬੇਸ਼ੱਕ ਸਿੰਗਰਾਂ ਦੇ ਲਾਈਵ ਸ਼ੋਅ ਲੱਗਣੋਂ ਬੰਦ ਹੋ ਗਏ ਪਰ ਸਿੰਗਰ ਲਾਈਵ ਹੋ ਕੇ ਆਪਣੇ ਫੈਨਸ ਨੂੰ ਕੋਈ ਨਾ ਕੋਈ ਖੁਸ਼ਖਬਰੀ ਦਿੰਦੇ ਹੀ ਰਹਿੰਦੇ ਨੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤਾਂ ਲੌਕਡਾਊਨ ਦੌਰਾਨ ਉਸਦੇ ਹਿੱਟ ਤੋਂ ਹਿੱਟ ਗੀਤ ਦਰਸ਼ਕਾਂ ਨੇ ਸੁਣੇ ਅਤੇ ਨਾਲ ਹੀ ਸਿੱਧੂ ਨੇ ਅਨਾਊਂਸਮੈਂਟ ਕੀਤੀ ਕਿ ਉਸਦੇ ਅਗਲੇ 70 ਗਾਣੇ ਤਿਆਰ ਨੇ ਉਸ ਤੋਂ ਤੁਰੰਤ ਬਾਅਦ ਗੀਤਾਂ ਦੀ ਮਸ਼ੀਨ ਕਰਨ ਔਜਲੇ ਨੇ ਵੀ 70 ਗਾਣਿਆਂ ਦੀ ਐਲਬਮ ਬਾਰੇ ਵੱਡੀ ਅਨਾਊਂਸਮੈਂਟ ਕਰ ਦਿੱਤੀ ਸੀ ਪਰ ਜਿਸ ਅਪਡੇਟ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਹੈ ਜੀ ਸਿੰਘੇ ਵੱਲੋਂ ਜੀ ਹਾਂ ਹਿੱਟ ਤੋਂ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਸਿੰਘੇ ਨੇ ਦੋਵੇਂ ਸਿੰਗਰਾਂ ਬਾਰੇ ਬੋਲਦਿਆਂ ਕਿਹਾ ਕਿ ਉਸਨੇ ਵੀ ਲੌਕਡਾਊਨ 'ਚ ਮੱਛੀਆਂ ਨਹੀਂ ਫੜੀਆਂ ਸਿੰਘਾ ਵੀ ਹੁਣ ਗੀਤਾਂ ਦੀਆਂ ਹਨੇਰੀਆਂ ਲਿਆਉਣ ਨੂੰ ਤਿਆਰ ਹੈ ਇੰਸਟਾਗ੍ਰਾਮ ਦੀ ਸਟੋਰੀ ਪਾਉਂਦਿਆਂ ਸਿੰਘੇ ਨੇ ਇਹ ਗੱਲ ਆਖੀ ਆਓ ਦਿਖਾਉਂਦੇ ਹਾਂ ਤੁਹਾਨੂੰ ਉਹ ਵੀਡੀਓ ਨਾਲ ਹੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਤਿੰਨਾਂ ਸਿੰਗਰਾਂ ਦੇ ਵਿੱਚੋਂ ਕਿਹੜਾ ਸਿੰਗਰ ਜ਼ਿਆਦਾ ਵਧੀਆ ਲੱਗਦਾ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਉਣ ਵਾਲੇ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਆਰ ਟੀਵੀ ਦੇ ਨਾਲ ਧੰਨਵਾਦ ਕਹਿੰਦੇ ਜੇ ਸਿੱਧੂ ਦੇ ਕਰਨਾ 70-80 ਗਾਣੇ ਲਿਖੀ ਬੈਠੇ ਨੇ ਤਾਂ ਸਿੰਘਾ ਕਿਹੜਾ ਲੌਕਡਾਊਨ 'ਚ ਮੱਛੀਆਂ ਫੜਦਾ ਸੀ ਦੇਖੀ ਚੱਲ ਬਣਦਾ ਕੀ ਆ ਹਨੇਰੀਆਂ ਆਉਣਗੀਆਂ ਗੀਤਾਂ ਦੀਆਂ ਹਨੇਰੀਆਂ